डाउन सीलिंग करनी है अपने ट्रैक्टर पर, छतरी खोल ली। मुठे मठे खोल के सारी फ्रेम लागू कर ली है, हम बार भी खोल लेनी। फिर बाकी बड़ा जो बाक्सा दो का कम रहा वो करके उसे बार लग जाना अपने। ਫਰੇਮ ਕਟਿੰਗ ਕਰਨੀ ਆ, ਇਹਦੇ ਵਿੱਚ ਜੀ ਹੋਰ ਕਟਿੰਗ ਹੋਣੀ ਆ, ਹੁਣ ਆਹ ਕਰ ਲਈ ਜਾਣਾ। ਚੱਲ ਤੁਹਾਡਾ ਸਵਾਗਤ ਹੈ ਜੀ ਹੀਰਾ 855 'ਤੇ। ਅਤੇ ਬਾਕੀ ਆ ਜੀ ਡਾਊਨ ਸੀਲਿੰਗ ਕਰਨੀ ਆਪਾਂ ਨੇ ਟਰੈਕਟਰ ਪਰ, ਛਤਰੀ ਖੋਲ ਲਈ ਅਤੇ ਆਪਣੇ ਆਹ ਨਹੀਂ ਖੋਲੀ ਆਹਲੀਆਂ, ਕਿਉਂਕਿ ਆਪਾਂ ਨੇ ਬਾਕਸਾ ਫਿੱਟ ਕਰਿਆ ਹੋਇਆ ਸਾਰਾ ਪੱਟਣਾ ਪੈਣਾ, ਤਾਂ ਕਰਕੇ ਆਪਾਂ ਨੇ ਖੋਲੀਆਂ ਨਹੀਂ। ਉੱਥੇ ਕਿਸੇ ਦੀ ਲਾ ਕੇ ਸਾਈਜ਼ ਕਰਕੇ ਆਪਾਂ ਲਾ ਲਾਂਗੇ। ਅਤੇ ਬਾਕੀ ਬੈਂਫਰ ਨੂੰ ਵੀ ਰੰਗ ਭਾਈ ਦੁਬਾਰੇ ਕਰਨਾ, ਇਹ ਆਪਾਂ ਹੁਣ ਪਰਸੋਂ ਪੁਰਸੋਂ ਨੂੰ ਕਰਾਉਂਗੇ ਜਿੱਦਾਂ ਡਾਊਨ ਸੀਲਿੰਗ ਲਵਾਉਣ ਜਾਊਂਗੇ। ਅੱਜ ਬਾਈ ਕਿਤੇ ਹੋਰ ਕੰਮ ਗਿਆ ਵੀ ਨਹੀਂ, ਅੱਜ ਕਰਾ ਲੈਣਾ ਟਰੈਕਟਰ ਲੈ ਜਾਣਾ ਤਾਂ ਆਪਾਂ ਨੇ। ਅਤੇ ਹੁਣ ਬਾਂਟੀ ਵੀ ਆ ਗਿਆ ਤਾਂ ਉੱਧਰ ਅਮਨ ਵੀਰੇ ਕੋਲ ਗਿਆ ਪਿਆ। ਅਤੇ ਬਾਕੀ ਆਹ ਛਤਰੀ ਖੋਲ ਲਈ, ਮੋਟਰਸਾਈਕਲ ਲੱਦ ਕੇ ਆਪਾਂ ਲੈ ਜਾਣੀ। ਅੱਜ ਕਰਦੇ ਡਾਊਨ ਸੀਲਿੰਗ ਨਵੇਂ ਸਟਾਈਲ ਦੀ ਕਰਾਂਗੇ ਕੋਈ, ਅਤੇ ਚੱਲਦੇ ਹਾਂ ਉੱਧਰ ਨੂੰ ਡਾਊਨ ਸੀਲਿੰਗ ਕਰਾਉਣੇ ਨੂੰ। ਬਾਕੀ ਉੱਧਰ ਹੱਚ ਵੀ ਨਹੀਂ ਬੁਲਾਉਂਦੇ, ਉੱਧਰ ਕੋਲ ਵੀ ਜਾ ਕੇ ਆਉਣਾ ਪਹਿਲਾਂ, ਫਿਰ ਚੱਲਦੇ ਹਾਂ ਬੇਲੇ ਨੂੰ। ਲਓ ਜੀ ਦੁਕਾਨ ਪਰ ਪਹੁੰਚ ਗਏ, ਬਾਂਟੀ ਦੇ ਨਹੀਂ ਹੱਥ ਟਿਕਦੇ ਕਦੇ ਕੂਕਾ ਦਾ। ਉਹ ਮੇਰੀ ਗੱਲ ਸੁਣ ਲਾ, ਤੈਨੂੰ ਘਰ ਨੂੰ ਭੇਜ ਦੇਣਾ ਜੇ ਰਹਿਣਾ ਬੰਦਿਆਂ ਵਾਂਗੂ ਖੜ ਜਾ ਉਰੇ। ਆਹ ਛਤਰੀ ਨਾਲ ਪੰਗੇ ਲੈਣ ਦਾ ਜਿਹੜਾ ਕਦੇ ਕੁਛ ਕੰਮ ਕੋਈ ਕਰਾਉਂਦਾ ਨਹੀਂ, ਕੰਮ ਤਾਂ ਨਹੀਂ ਕੋਈ ਕਰਾਉਂਦਾ। ਉਹ ਪੈਨਸ਼ਨ ਬਹੁਤ ਘੱਟ ਰਹਿਣ ਦੇ। ਬਾਕੀ ਜੀ ਆਪਾਂ ਨੇ ਛਤਰੀ ਦੇ ਸਮਾਨ ਖੋਲਣ ਲੱਗੇ ਪਏ ਹਾਂ। ਆਹ ਖੋਲਤਾ ਸਾਰਾ ਕੁਛ, ਬਹੁਤ ਔਖੀ ਲੈ ਕੇ ਆਏ ਉਰੇ ਤੱਕ, ਹਵਾ ਪੈਂਦੀ ਤੀ ਅਤੇ ਆਹ ਵੀ ਖੋਲਤਾ। ਅਤੇ ਆਪਾਂ ਨੇ ਨਾਟ ਬੈਲਟ ਕਰਾਉਣੇ ਉਹਨੇ, ਕਿਉਂਕਿ ਉੱਪਰ ਤਾਂ ਟੋਪੀ ਕਸ ਹੋਣੀ ਆ, ਫਿਰ ਇਹ ਉਹਦੇ ਟੋਪੀ ਕਰਦੀ ਲਾ ਦੇਣੀ ਆਪਾਂ ਨੇ ਬੈਲਟ ਕਰ ਦੇਣੇ। ਅਤੇ ਆ ਮੁੱਠੇ ਮੱਠੇ ਜਿਹੇ ਖੋਲ੍ਹ ਕੇ ਸਾਰੀ ਫਰੇਮ ਲਾਗੂ ਕਰ ਲਈ ਆ, ਹੁਣ ਬਾਹਰ ਵੀ ਖੋਲ੍ਹ ਲੈਣੀ। ਅਤੇ ਫਿਰ ਬਾਕੀ ਬੜਾ ਉਹ ਬਾਕਸਿਆਂ ਦੋ ਦਾ ਕੰਮ ਰਹਿੰਦਾ, ਉਹ ਕਰਕੇ ਉਹਦੇ ਬਾਹਰ ਲੱਗ ਜਾਣਾ ਆਪਾਂ ਨੇ ਇਹਨੂੰ। ਅਤੇ ਕੋਈ ਲੱਗ ਜਾ ਸੋਚਦੇ ਹਾਂ ਗੱਬੇ ਕੁਛ ਲੱਗ ਜਾ ਬਣਾਉਂਦੇ ਹਾਂ। ਓਏ ਤੂੰ ਬਾਂਟੀ ਵਿਹਲਾ ਖੜਾ, ਜਾਣ ਕੋਈ ਦੇਖ ਲੈ ਯਾਰ। ਲਓ ਬਾਈ ਦੂਈ ਛਤਰੀ ਲਾ ਕੇ ਆਪਾਂ ਨੇ ਦੇਤੀ, ਅਤੇ ਹੁਣ ਇਹਦਾ ਕੰਮ ਚੱਲਦਾ ਆਪਣੇ, ਇਹਦਾ ਵਿੱਚ ਬਣਾਉਣ ਲੱਗੇ ਹਾਂ ਅਸੀਂ ਵਿੱਚ ਵਾਲੀ। ਹੁਣ ਫਰੇਮ ਕਟਿੰਗ ਕਰਨੀ ਆ, ਇਹਦੇ ਵਿੱਚ ਜੀ ਹੋਰ ਕਟਿੰਗ ਹੋਣੀ ਆ, ਹੁਣ ਆਹ ਕਰ ਲਈਏ ਪਹਿਲਾਂ। ਚੱਲ ਸਾਨੀ ਮਾਰ ਮੁੰਡਾ ਹਿੰਮਤ, ਮੈਂ ਹਜੇ ਕੱਖ ਪਾਉਣੇ ਜਾ ਕੇ ਕੱਖ ਲੈ ਕੇ ਆਉਣੇ, ਕੰਮ ਖਾਸੇ ਵਾਲੇ ਜੇ ਪਈ। ਕੱਲ੍ਹ ਨੂੰ ਨਹੀਂ ਮੈਂ ਆਉਣਾ ਨਾਲੇ, ਕੱਲ੍ਹ ਨੂੰ ਤੂੰ ਐਂ ਕਰੀ, ਹੁਣ ਇਹਦੀ ਕਟਿੰਗ ਕਰਕੇ ਪੂਰੀ ਛੱਡ ਦੀ ਕੰਮ, ਤੂੰ ਆਪਣੇ ਬਾਕਸੇ ਕੰਪਲੀਟ ਕਰ ਲਾ। ਤੂੰ ਸਵੇਰੇ ਹੁਣ ਬਕਸੇ ਆਪਣੇ ਸਵੇਰ ਸਾਰੀ ਕਰ ਲਈ, ਹੁਣ ਬਕਸੇ ਤਾਂ ਹੁਣ ਇਹਨੂੰ ਰਹਿਣ ਦੇ, ਇਹ ਤਾਂ ਹੁਣ ਆਪਣੀ ਹੀ ਹੋ ਆ। ਰਹਿਣ ਦੇ ਮੈਂ ਇਹਨੂੰ ਕੱਟਣ ਨੂੰ, ਫਿਰ ਆਹ ਕਟਿੰਗ ਕਰ ਲੈ ਯਾਰ ਇਹਦੀ ਇਕੱਲੇ ਦੀ, ਤੇ ਮੈਂ ਦੇਖ ਤਾਂ ਲਊਂਗਾ ਮਾੜਾ ਜਿਹਾ, ਮੈਂ ਬਲੌਗ 'ਚ ਦਿਖਾ ਦਾਂਗੇ ਵੀ ਕਿਆ ਕੱਟਿਆ। ਬਾਕੀ ਸਰੀ ਐਂ ਦੱਸ ਦੇ ਬਾਈ, ਇਹ ਮੁੰਡੇ ਨੇ ਰੱਖਣਾ ਬਾਈ ਦੁਕਾਨ ਪਰ ਡੈਮੋ, ਠੀਕ ਆ, ਉਤਾਰ ਕੇ ਤਾਂ ਕਰਕੇ ਖਹਿੜੇ ਪਿਆ ਵਾ, ਕਹਿੰਦਾ ਇੰਨੇ ਚੱਲ ਥੋੜ੍ਹੇ ਦਿਨ ਤੂੰ ਲਾ ਲਈ ਛਤਰੀ ਨੂੰ, ਉਹਦੇ ਬਾਅਦ ਮੈਂ ਤਾਰ ਕੇ ਰੱਖ ਲਊਂਗਾ ਆਪਣਾ।
ਨਾਲੇ ਤੇਰਾ ਡੈਮੋ ਪਿਆ ਰਹੂੰਗਾ ਨਾ। ਚੱਲ ਨਗਰ ਨੂੰ ਕੀਰਤਨ ਨੂੰ ਆਪਾਂ ਨੇ ਜਾਣਾ ਹੀ ਆ, ਫਿਰ ਉਹਦੇ ਬਾਅਦ ਆਪਾਂ ਤਾਰ ਦਾਂਗੇ ਤੇ ਤਾਂ ਕਰਕੇ ਲਾਉਣੀ ਪੈ ਗਈ ਬਾਈ, ਨਹੀਂ ਤਾਂ ਮੇਰੀ ਸਲਾਹ ਕੋਈ ਨਹੀਂ ਸੀ ਹਜੇ, ਕਿਉਂਕਿ ਮੇਰੇ ਕੋਲ ਤਾਂ ਹਜੇ ਪੈਸੇ ਵੀ ਨਹੀਂ ਤੇ ਮੁੰਡਾ ਟਲਿਆ ਨਹੀਂ, ਕਹਿੰਦਾ ਕੋਈ ਨਹੀਂ ਤੂੰ ਲਾ ਲਾ ਚਾਰ ਦਿਨ, ਕਹਿੰਦਾ ਪੈਸੇ ਤਾਂ ਪੱਕੀ ਲਾ ਕੇ ਰੱਖ। ਮੈਂ ਹਜੇ ਜਵਾਬ ਦਿੰਦਾ ਮੈਂ ਨਹੀਂ, ਮੈਂ ਨਹੀਂ ਲਾਉਣੀ ਹਜੇ, ਫਿਰ ਦੀ ਫਿਰ ਦੇਖਾਂਗੇ, ਪਹਿਲਾਂ ਇਹ ਕਰ ਲਈਏ ਆਪਾਂ ਜਿੰਨੇ ਕੁ ਹੈਗੇ ਆ ਲਾ ਕੇ ਆਪਾਂ ਨੇ ਉਹਦੇ ਬਾਅਦ ਤਾਰ ਕੇ ਰੱਖ ਦੇਣੀ ਅਤੇ ਡੈਮੋ ਉੱਥੇ ਪਿਆ ਸੋਹਣਾ ਲੱਗੂਗਾ ਹੈ ਉਹ ਸਫੈਦੇ ਕੋਲ, ਸਫੈਦਾ ਇਹਦੇ ਵਾਸਤੇ ਲਾਇਆ ਵਾ ਬਾਈ, ਤਾਂ ਉੱਥੇ ਵਧੀਆ ਲੱਗੂਗਾ, ਤਾਂ ਕਰਕੇ ਬਈ ਮੈਂ ਲਾਉਣ ਲੱਗਿਆ। ਨਹੀਂ ਮੇਰੇ ਵੀ ਤਾਂ ਹਜੇ ਕੋਈ ਸਲਾਹ ਨਹੀਂ ਤੀ, ਕਿਉਂਕਿ ਹੁਣ ਤਾਂ ਹਜੇ ਬੈਂਪਰ ਲਵਾ ਕੇ ਅਡੇ ਹਾਂ ਅਤੇ ਤਾਂ ਕਰਕੇ ਆਪਣੇ ਕੋਲ ਖਰਚੇ ਕੁਛ ਚਾਹੇ ਨਹੀਂ ਗਾ। ਇਹ ਮੁੰਡਾ ਕਰਿਆ ਨਹੀਂ, ਕਹਿੰਦਾ ਲਾਉਣੀ ਓ ਲਾਉਣੀ, ਜਦ ਹੋਰ ਦੇ ਲੱਗ ਜਾਈਏ ਕਹਿੰਦਾ ਆਪਣੇ ਵੀ ਲਾਉਣੀ ਆਪਾਂ ਨੇ ਕਿ ਨਹੀਂ ਲਾਉਣਾ ਹੀ ਪੈਣਾ ਨਹੀਂ ਪੈਣਾ ਉਹ ਪਈ ਚਤਰੀ ਆਪਣੀ ਸਾਰਾ ਕੁਝ ਖੋਲ ਲਿਆ, ਪੱਠੇ ਪੁੱਠੇ ਆਪਾਂ ਨੇ ਆਹ ਵੀ ਖੋਲ ਲਿਆ, ਛੱਤਰੀ ਪਈ ਤੇ ਉਹ ਆਪਾਂ ਨੇ ਮਹਿੰਦਰੇ ਪਰ ਫਿੱਟ ਕਰਕੇ ਭੇਜ ਤੀ, ਮਹਿੰਦਰੇ ਪਰ ਕਰਤੀ ਤਾਂ ਟਾਈਮ ਲੱਗ ਗਿਆ, ਨਹੀਂ ਤਾਂ ਅਸੀਂ ਕੱਦਾ ਹਾਂ ਡਾਇਗਰਾਮ ਜੀ ਵੱਢ ਲੈਣੀ ਸੀ ਉਹਦੇ ਕਰਕੇ ਟਾਈਮ ਲੱਗ ਗਿਆ। ਬਾਕੀ ਬਾਈ ਤੁਸੀਂ ਵੀ ਸੰਪਰਕ ਕਰਨਾ ਕਰ ਸਕਦੇ ਜੇ ਕੋਈ ਮੇਰਾ ਨੇੜੇ ਦਾ ਵੀਰ ਭਰਾ ਹੈਗਾ ਛੱਤਰੀਆਂ ਦਾ ਜੀ, ਨਵਾਂ ਜਿਹਾ ਪੈਨਰ ਇਹਨੇ ਦੁਬਾਰੇ ਬਣਾਉਣਾ ਡਾਊਨ ਸੀਲਿੰਗ ਕਰਕੇ ਫਿਰ ਕੰਮ ਲੱਗ ਗਿਆ ਟਰੈਕਟਰ ਵੀ ਲਾਉਂਦੇ ਆਪਣੇ ਕਿਸੇ ਤੋਂ। ਬਾਕੀ ਚੱਲਦੇ ਹਾਂ ਹੁਣ ਘਰ ਨੂੰ ਅਤੇ ਬਾਂਟੀ ਨੂੰ ਬੁਲਾਇਆ ਮੈਂ ਅਤੇ ਜਾ ਕੇ ਟੋਕਾ ਟੁਕਾ ਕਰਨਾ ਕੱਖ ਲੈ ਕੇ ਆਉਂਦੇ ਹਾਂ ਅਜੇ, ਤਾਂ ਮੈਨੂੰ ਵੀ ਟਾਈਮ ਲੱਗ ਗਿਆ ਉਹਦੇ ਅਤੇ ਹੁਣ ਚੱਲਦੇ ਹਾਂ ਘਰ ਆਇਆ ਕੇ ਮਿਲਦੇ ਹਾਂ। ਭਾਈ ਆਹ ਆਪਣੀ ਕਟਿੰਗ ਕਰ ਲਈ ਅਤੇ ਬਹੁਤ ਔਖਾ ਮਨਾਇਆ, ਇਹ ਮੰਨਦਾ ਨਹੀਂ ਤਾਂ ਕਹਿੰਦਾ ਆ ਗਏ ਅਸੀਂ, ਕਹਿੰਦਾ ਐਵੇਂ ਨਹੀਂ ਬਣ ਗਿਆ ਲੱਗਣਾ ਅਤੇ ਪਰ ਮੈਂ ਕਿਹਾ ਨਹੀਂ ਮੈਂ ਕਰਾਉਣਾ ਹੀ ਇੱਕ, ਪਰ ਹੁਣ ਦੇਖਦੇ ਹਾਂ ਬਾਅਦ 'ਚ ਮੇਰੀ ਗੱਲ ਸੁਣ, ਜੇ ਨਹੀਂ ਤੈਨੂੰ ਚੰਗਾ ਲੱਗਿਆ ਨਾ ਆਹੀ ਹੈ ਟੁੱਕਣ ਚਾਰ ਵੜਦੀ ਹੋਰ ਕਿਆ ਕਰਨਾ ਫਿਰ ਕੋਈ ਨਹੀਂ ਕੋਈ ਨਹੀਂ ਬਣਾਉਂਦੇ ਹਾਂ ਮਾਡਰ ਸਾਰਿਆਂ 'ਚ ਮਾਰਨਾ ਹੁਣ ਖੱਡੇ ਦੇਖਿਓ ਬਈ ਤੁਸੀਂ ਵੀ ਦੱਸਿਓ ਵੀ ਵਧੀਆ ਲੱਗਦਾ ਕਿਤਨਾ, ਮੈਂ ਕਰਾਉਂਗਾ ਬਾਂਟੀ ਆਉਣੇ 'ਚ ਨਹੀਂ ਆਉਂਦਾ ਬਾਂਟੀ ਨੂੰ ਕੀਤਾ ਗਿਆ ਹਸੀ ਆਏ ਹਾਂ ਤੇਰੇ ਬੜਾ ਨੀ ਲਵਾਉਣਾ ਛੋਟਾ ਜਿਹਾ ਹੀ ਲਵਾਉਣਾ, ਜ਼ਿਆਦਾ ਬੜੀ ਫੋਟੋ ਮੈਨੂੰ ਚੰਗੀ ਨਹੀਂ ਲੱਗਦੀ ਕਿਉਂਕਿ ਗੱਲ ਆਉਂਦੀ ਆ ਜ਼ਿਆਦਾ ਉਮਰ ਜਾ ਹੋ ਜਾਂਦੀ ਜਾਂ ਕਿਤੇ ਜ਼ਿਆਦਾ ਚਾਹ ਪਾ ਲਾ, ਤਾਂ ਕਰਕੇ ਆਪਾਂ ਨੇ ਛੋਟੀ ਜਿਹੀ ਲਵਾਉਣੀ ਹੈ। ਹੈਂ ਲਾਗੀ ਰੂਹ ਜੀ ਖੁਸ਼ ਹੁਣ ਹੁਣ ਕਹਿੰਦੇ ਹੱਦ ਆ, ਉਹਨੂੰ ਕਿਹਾ ਤੂੰ ਮੇਤੇ ਸਲਾਹ ਲੈਂਦਾ ਉਹਨਾਂ ਨਾਲੇ ਤੈਨੂੰ ਪਤਾ ਵੀ ਕਿੱਕਣ ਟੋਕਾ ਕਰਨਾ ਤੇ ਹੀਰਾ ਨਾ ਬਈ ਹੁਣ ਥੋੜਾ ਥੋੜਾ ਲੰਗ ਮਾਰਨ ਲੱਗ ਗਿਆ, ਜਿਵੇਂ ਜਿਵੇਂ ਕੱਢਿਆ ਨਾ ਕੱਲ ਤਾਂ ਵਧੀਆ ਚੱਲਿਆ ਮੈਂ ਕੱਲ ਘੁਮਾ ਕੇ ਲਿਆਇਆ ਉਹਦੇ ਨੂੰ ਪੱਕੇ, ਪਰ ਉਹਦੇ ਕਰਕੇ ਹੋ ਗਿਆ ਟੈਟ ਜਿਹਾ ਖਾਏ ਦਿਨਾਂ ਦਾ ਕੱਢਿਆ ਉਹਦੇ ਕਰਕੇ ਵੀ, ਅਤੇ ਬਾਕੀ ਇਹਦੇ ਪੈਰ ਵਧੇ ਪਏ ਆ, ਪੈਰ ਬਣਾਉਣ ਵਾਲੇ ਹੋਏ ਪਏ, ਮਹੀਨਾ ਹੋ ਚੱਲਿਆ, ਮਹੀਨਾ ਹੋ ਗਿਆ ਪੈਰ ਬਣਾਏ, ਮਹੀਨਾ ਵੀ ਕਾਹਨੂੰ ਵੱਧੇ ਹੋ ਗਿਆ ਟਾਈਮ ਪੈਰ ਬਣਾਏ ਦੇ, ਜਾਂ ਤੁਸੀਂ ਵੀਡੀਓ ਦੇਖੇ ਹੀ ਹੋਣਾ, ਅਤੇ ਹੁਣ ਪੈਰ ਵੀ ਬਣਵਾ ਦੇਣੇ ਕਿਉਂਕਿ ਆਪਾਂ ਨੇ ਹੁਣ ਉੱਧਰ ਰਾਸਤਾ ਤਿਆਰ ਕਰਨਾ ਉਹਦੇ ਪਰ ਛੱਡੇ ਕਰਨਾ, ਤਾਂ ਹੁਣ ਦੋ ਚਾਰ ਦਿਨਾਂ 'ਚ ਮੈਂ ਵਿਹਲਾ ਹੋ ਜਾਣਾ ਉਹ ਰਾਸਤਾ ਹੀ ਤਿਆਰ ਕਰਨਾ,
20 तरीक के बाद डेली प्रैक्टिस करा के रखे करनी अपन भजाए करना तो पैर रह गए पैर का हम कराने पैने पैर खासे बधे गए तुम दिखा भी दिना एक बार चक चक्की पुत ना देखो आ चीज ना कि बधी भी है देख लो ये बाहर आँदी है हम ए वजन आने लग गया ता करके लंघ कर लग गया थोड़ा थोड़ा जब तुरद ना हो तरह तुरता हाँ पैरों की शेप भी देखो कितना बधी भी है आ भी गलाई चाने तो ये अपने करा देने हूँ देखते हैं कलू जे कलू टाइम हो कल तो मैं जाना परसों चौथे तक तैयार करा देने क्योंकि फिर ज़्यादा लंघ कर लग जाना आदत पै जाती होंगी उकड़ी उन्होंने तो बाकी अद्धा ब्लॉग इत तक बाकी जड़ा ही छतरी रह गई वह अपने परसों नहीं लियानी है परसों लैके आनी है तो क्योंकि कल मैं जाना परसों तो तैयार करवा के ले आनी बाकी इधर तो तीन गए रह गए हूँ इधर दो आ बैठी तो बाकी टायर है हम टायर भाई देखते हैं टायर पाने पैने इस हिसाब ना खराब हो जाने हूँ अपने टायर पा देने ये ट्रैक्टर में देखते एक अद जिदन अपना लेके आ गए ना दो चार दिन ये चलाऊंगे माड़ा मोटा रोड रूट पर माड़े मोटे भी कस लगे नाले नाले चलता टायर फिर वधिया रहिंदा बाकी बई हवा दस्यो भी हवा भर के रखनी चाहिए टायर च जा हवा तो बगैर रख दिए ये मेरा बई बन के कोई जरूर दस दौ जिन्हों पता हो भी हवा भर के रखी है या खाली टायर खाली तो कहते सुंगड़ जाता हूँ भी हवा भर के रखनी चाहिए हवा भर के रखे पे मैं बाकी इन्होंने भी तेल तूल लाने वाला होया गया मैं पहला लाता तो हम फिर रुक गया तो ये भी उकने ही पे हैं बी थोड़े चले हैं मैं कहना मसीन 200 घंटा मसीन चलाए होने मैं तो वह मैं लाए पवाते थे पर बई अपने लाए भी सेल करने हैं जो मेरा वीर भरा कोई ब्लॉग देखता है ना भी जिन्हें लेने हो लाए तो टायर अपने सेल कर देने दोहे जीप के भी करने करने हैं ये भी कर देने अपने लगते हम तो एदू देखते आ टायर चला लूँगे थोड़ा टाइम उसके बाद टायर होर पवा लूँगे कोई मेरे वीर दे एक दे रोज़ कमेंट आई जाने प्रधान मनजीत बई ने बारे भी ये कहते नहीं बई देखो नंबर दे दूंगा तुम उदा गल कर लियो उदा की कोई गल हुई होगी या बिचों गल हूँ आप किसी हर चीज़ भी नहीं दस सकते है ना तो करके आप बई यह जी गल किसी की चुगली वाली काम हो जाए ना उधर करिए ना इधर करिए तो जोड़ा मेरा वीर कमेंट करी जाता है ना भी तू अपने फैनों प्यार नहीं भीरे मेरी गल सुन ला कोई होर कोई गल हो ना मैं जवाब दूंगा फिर तो बई आप मान दे हूँ आप कहते किसी बारे माड़ा चंगा बोली है ना ना अपनी आदत आ बोलन की ना अपने बोलना तो तू वह गल कर ली सीधी उन्होंने पूछ ली भी क्या चक्कर है ना जिमें किमें नहीं वो गल कर लो भी आप गल बारे कुछ नहीं बोलना तो बाकी जो नंबर चाहिए मैंने कमेंट कर दी नंबर तेन दोनों दे दूंगा कोई चक्कर नहीं है क्योंकि लाए हूँ खासा टाइम हो गया पाया चेंज कर दूंगे थोड़े जे तो अद्धा ब्लॉग बाकी इत्थे तक मिलते हैं किसी होर ब्लॉग से सत श्री अकाल जी सारे।